ਗੁੱਡ ਈਵਨਿੰਗ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਆਰਜ ਸਟੱਡੀ ਦੇ ਵਿੱਚ ਆਪਣੇ ਕਲਾਸਾਂ ਜਿਹੜੀ ਪੰਜਾਬੀ ਮਾਸਟਰ ਕੈਡਰ ਦੇ ਨਾਲ ਪੀਐਸਟੈਟ ਦੇ ਨਾਲ ਤੇ ਸੀਟੈਟ ਦੇ ਸਿਲੇਬਸ ਦੇ ਨਾਲ ਚੱਲ ਰਹੀਆਂ ਅਸੀਂ ਇਸ ਤੋਂ ਇਲਾਵਾ ਜੇਕਰ ਤੁਸੀਂ ਕਿਸੇ ਹੋਰ ਵੀ ਜੌਬ ਦੀ ਤਿਆਰੀ ਕਰ ਰਹੇ ਹੋ ਤਾਂ ਹਿਸਟਰੀ ਦੇ ਜਿਹੜਾ ਟੌਪਿਕ ਹੁੰਦੇ ਨੇ ਉਹ ਤਕਰੀਬਨ ਹਰ ਇੱਕ एग्जाम ਦੇ ਵਿੱਚ ਇਹੀ ਪੁੱਛੇ ਜਾਂਦੇ ਨੇ ਜਿਹੜੇ ਬੱਚੇ ਆ ਸਾਡੇ ਨਾਲ ਨਵੇਂ ਜੁੜੇ ਨੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਨੇ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਆਓ ਸਟਾਰਟ ਕਰਦੇ ਆਂ ਆਪਣੇ ਅੱਜ ਦੀ ਵੀਡੀਓ ਆਪਾਂ ਇਹ ਨਾ ਪਰਸੋਂ ਤੋਂ ਜਿਹੜਾ ਆਪਣਾ ਟੌਪਿਕ ਚੱਲ ਰਿਹਾ ਸੀਗਾ ਮੌਰੀਆ ਸਾਮਰਾਜ ਦੇ ਨਾਲ ਪਰਸੋਂ ਜਿਹੜਾ ਆਪਾਂ ਪੜਿਆ ਸੀ ਥੋੜਾ ਜਿਹਾ ਮੌਰੀਆ ਸਾਮਰਾਜ ਦੀ ਹਿਸਟਰੀ ਬਾਰੇ ਉਸ ਤੋਂ ਬਾਅਦ ਚੰਦਰਗੁਪਤ ਬਾਰੇ ਤੇ ਜਿਹੜਾ ਕੱਲ ਆਪਾਂ ਨੇ ਪੜਿਆ ਸੀ ਬਿੰਦੂਸਾਰ ਤੇ ਅਸ਼ੋਕ ਬਾਰੇ ਕੱਲ ਆਪਣਾ ਥੋੜਾ ਟੌਪਿਕ ਰਹਿ ਗਿਆ ਸੀ ਅਸ਼ੋਕ ਵਾਲਾ ਤੇ ਇਸ ਤੋਂ ਇਲਾਵਾ ਜਿਹੜੇ ਅਸ਼ੋਕ ਨੇ ਸ਼ਿਲਾ ਲੇਖ ਵਣਵਾਏ ਨੇ ਤੇ ਜਿਹੜੇ ਮੌਰੀਆ ਸਾਮਰਾਜ ਦੀ ਪ੍ਰਸ਼ਾਸਨ ਵਿਵਸਥਾ ਸੀ ਉਸ ਬਾਰੇ ਥੋੜੇ ਟੌਪਿਕ ਆਪਣੇ ਇਹੀ ਰਹਿ ਗਏ ਸੀਗਾ ਅੱਜ ਆਪਾਂ ਇਸੇ ਨੂੰ ਕਵਰ ਕਰਾਂਗੇ ਇਸ ਦੇ ਨਾਲ ਜਿਹੜਾ ਆਪਣਾ ਮੌਰੀਆ ਸਾਮਰਾਜ ਦਾ ਟੌਪਿਕ ਹੈ ਉਹ ਤਕਰੀਬਨ ਸਾਰਾ ਜਿਹੜਾ ਪੂਰਾ ਕਵਰ ਹੋ ਜਾਏਗਾ ਠੀਕ ਹੈ ਜੀ ਮੇਨ ਮੇਨ ਚੀਜ਼ਾਂ ਆਓ ਸਟਾਰਟ ਕਰਦੇ ਆਂ ਇਹਦੀ ਵੀਡੀਓ ਹੁਣ ਦੇਖੋ ਕੱਲ ਜਿਹੜੇ ਆਪਾਂ ਪੜ੍ਹੇ ਸੀਗਾ ਅਸ਼ੋਕ ਦੇ ਸ਼ਿਲਾ ਲੇਖ ਸਤੰਭ ਲੇਖ ਤੇ ਜਿਹੜੇ ਉਹਨੇ ਬਣਵਾਏ ਸੀ ਅਭਿ ਲੇਖ ਹਨਾ ਆਪਾਂ ਗਿਣਤੀ ਕਰ ਲਈ ਸੀ ਉਸ ਤੋਂ ਬਾਅਦ ਦੇਖੋ 14 ਸ਼ਿਲਾ ਲੇਖ ਅਤੇ ਇਸ ਤੋਂ ਇਲਾਵਾ ਜਿਹੜੇ 13 ਛੋਟਾ ਜਿਹੜੇ ਛੋਟੇ ਸ਼ਿਲਾਲੇਖ 7 ਸਤੰਭ ਵਿਲੇਖ ਸੀਗੇ ਅਸ਼ੋਕ ਦੁਆਰਾ ਜਿਹੜੇ ਬਣਵਾਏ ਹੋਏ ਸੀ 14 ਸ਼ਿਲਾਲੇਖ ਸੀਗੇ 13 ਛੋਟੇ ਸ਼ਿਲਾਲੇਖ ਸੀਗੇ ਤੇ 7 ਕਿਹੜੇ ਸੀ ਸਤੰਭਲੇਖ ਸੀਗੇ ਸਤੰਭ ਅਵਿਲੇਖ ਕਹਿ ਲਓ ਠੀਕ ਹੈ ਇਹ ਉਸ ਤੋਂ ਬਾਅਦ ਦੇਖੋ ਕਹਿੰਦੇ ਇਸ ਤੋਂ ਇਲਾਵਾ ਅਸ਼ੋਕ ਨੇ ਹੋਰ ਵੀ ਅਵਿਲੇਖਾਂ ਦਾ ਨਿਰਮਾਣ ਜਿਹੜਾ ਕਰਵਾਇਆ ਸੀਗਾ ਮੌਰੀਆ ਵੰਸ਼ ਦਾ ਆਖਰੀ ਸ਼ਾਸਕ ਜਿਹੜਾ ਸੀ ਉਹ ਬ੍ਰਿਧ ਹਰਤ ਸੀਗਾ ਜਿਸ ਦਾ 184 ਦੇ ਵਿੱਚ ਪੁਸ਼ਯ ਮਿੱਤਰ ਸ਼ੁੰਗ ਨੇ ਕਤਲ ਕਰ ਦਿੱਤਾ ਸੀ ਅਤੇ ਇਸ ਤੋਂ ਬਾਅਦ ਜਿਹੜੀ ਸ਼ੁੰਗ ਵੰਸ਼ ਦੀ ਸਥਾਪਨਾ ਹੋਈ ਸੀ ਹੁਣ ਦੇਖੋ ਜਿਹੜਾ ਪੁਸ਼ਯ ਮਿੱਤਰ ਸ਼ੁੰਗ ਸੀਗਾ ਉਹ ਇੱਕ ਬ੍ਰਾਹਮਣ ਕਾਸਟ ਨਾਲ ਰਿਲੇਟਡ ਸੀ ਠੀਕ ਹੈ ਜੀ ਬ੍ਰਾਹਮਣ ਕਾਸਟ ਵਾਲਾ ਬੰਦਾ ਸੀ ਉਹ ਹੁਣ ਜਦੋਂ ਅੱਗੇ ਉਹ ਆਊਗਾ ਸ਼ੁੰਗ ਵੰਸ਼ ਦੇ ਵਿੱਚ ਆਪਾਂ ਉਦੋਂ ਪੜਾਂਗੇ ਉਹਦੇ ਬਾਰੇ ਪਰ ਥੋੜਾ ਦੱਸਦਾ ਟੇਮ ਬ੍ਰਾਹਮਣ ਕਿਸਮ ਦਾ ਬੰਦਾ ਸੀਗਾ ਇਹਨੇ ਆ ਕੇ ਪਤਾ ਕੀ ਕੀਤਾ ਜਿੰਨੇ ਜੈਨੀ ਇਹਦੇ ਮੌਰੀਆ ਸਾਮਰਾਜ ਦੀ ਆਪਾਂ ਇਹ ਗੱਲ ਉਸ ਸੈਨਾ ਦੇ ਵਿੱਚ ਸੀ ਜੇ ਜਿਹੜੇ ਮੌਰੀਆ ਸਾਮਰਾਏ ਦੇ ਨੇ ਕੁਝ ਵੀ ਜੈਨ ਧਰਮ ਦਾ ਸੀਗਾ ਤਾਂ ਇਹ ਆ ਕੇ ਹੁਣ ਅੱਗੇ ਕਿਹੜੇ ਧਰਮ ਨੂੰ ਜ਼ਿਆਦਾ ਪਸਾਰ ਕਰੂਗਾ ਉਸ ਦਾ Hindu ਧਰਮ ਦਾ ਕਿਉਂਕਿ ਖੁਦ ਕੀ ਹੈ ਇਹ ਬ੍ਰਾਹਮਣ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਅਸ਼ੋਕ ਦੇ 14 ਵਿਲੇਖ ਸੀਗੇ ਜਿਹੜੇ ਨੇ ਖੁਦਵਾਈ ਸੀ ਉਸ ਤੋਂ ਬਾਅਦ ਦੇਖੋ ਹੁਣ ਆਪਾਂ ਇਹਨਾਂ ਵਾਰੀ ਪੜ੍ਹਾਂਗੇ ਕਿ ਇਹਨਾਂ 14 ਦੇ 14 ਦੇ ਵਿੱਚ ਕੀ ਕੀ ਲਿਖਿਆ ਹੋਇਆ ਸੀ ਭਾਵ ਇੰਟਰੋ ਕੀ ਦਿੱਤੀ ਹੋਈ ਸੀ ਠੀਕ ਹੈ ਇਹ ਉਸ ਤੋਂ ਬਾਅਦ ਦੇਖੋ ਸਭ ਤੋਂ ਪਹਿਲਾ ਵੀ ਇਹ ਕਿਹੜਾ ਸੀਗਾ ਆਹ ਸੌਰੀ ਸ਼ਿਲਾ ਲੇਖ ਕਿਹੜਾ ਸੀਗਾ ਹੁਣ ਯਾਦ ਰੱਖਣਾ ਮੈਂ ਬੋਲਣ ਦੇ ਵਿੱਚ ਹੀ ਖੁਦ ਕਨਫਿਊਜ਼ਨ ਕਰ ਰਹੀ ਹਾਂ ਤੁਹਾਨੂੰ ਅਸ਼ੋਕ ਦੇ 14 ਸ਼ਿਲਾ ਲੇਖ ਸੀ ਠੀਕ ਹੈ ਜੀ 7 ਸੰਭਵ ਲੇਖ ਸੀਗੀ ਪਹਿਲਾ ਜਿਹੜਾ ਸ਼ਿਲਾ ਲੇਖ ਸੀ ਉਸ ਦੇ ਵਿੱਚ ਕੀ ਲਿਖਿਆ ਹੋਇਆ ਸੀਗਾ ਪਸ਼ੂ ਬਲੀ ਦੀ ਨਿੰਦਿਆ ਕੀਤੀ ਗਈ ਸੀ ਪਹਿਲੇ ਸ਼ਿਲਾ ਲੇਖ ਦੇ ਵਿੱਚ ਪਸ਼ੂ ਬਲੀ ਦੀ ਨਿੰਦਿਆ ਸੀ ਉਸ ਤੋਂ ਬਾਅਦ ਦੂਸਰੇ ਦੇ ਵਿੱਚ ਦੇਖੋ ਦੂਸਰੇ ਸ਼ਿਲਾ ਲੇਖ ਦੇ ਵਿੱਚ ਪਸ਼ੂ ਅਤੇ ਮਨੁੱਖ ਦੋਵਾਂ ਦੇ ਇਲਾਜ ਬਾਰੇ ਵਰਣਨ ਕੀਤਾ ਹੋਇਆ ਸੀਗਾ ਚੌਲ ਚੇਰ ਪਾਂਡਿਆ ਰਾਜਾਂ ਦਾ ਵੀ ਉਲੇਖ ਸੀਗਾ ਦੂਸਰੇ ਸ਼ਿਲਾ ਲੇਖ ਦੇ ਵਿੱਚ ਪਸ਼ੂ ਅਤੇ ਮਨੁੱਖ ਦੋਵਾਂ ਦੇ ਇਲਾਜ ਦੇ ਬਾਰੇ ਵਰਣਨ ਦਿੱਤਾ ਹੋਇਆ ਸੀ ਦਵਾਈਆਂ ਨਾਲ ਤੇ ਉਸ ਤੋਂ ਇਲਾਵਾ ਚੌਲ ਚੇਰ ਤੇ ਪਾਂਡਿਆ ਰਾਜਾਂ ਦਾ ਉਲੇਖ ਕੀਤਾ ਹੋਇਆ ਸੀ ਜਿਹੜੇ ਆਪਾਂ ਅੱਗੇ ਪੜ੍ਹਾਂਗੇ ਤੀਸਰਾ ਕਿਹੜਾ ਸੀਗਾ ਧਾਰਮਿਕ ਨਿਯਮਾਂ ਦਾ ਉਲੇਖ ਸੀ ਇਸ ਦੇ ਵਿੱਚ ਅਤੇ ਅਧਿਕਾਰੀਆਂ ਨੂੰ ਅਸ਼ੋਕ ਦੇ ਵੱਲੋਂ ਇਹ ਆਦੇਸ਼ ਦਿੱਤੇ ਗਏ ਸੀ ਕੀ ਉਹ ਹਰ ਸਾਲ ਦੇ ਵਿੱਚ ਹਰ ਪੰਜਵੇਂ ਸਾਲ ਦੇ ਵਿੱਚ ਦੌਰੇ ਉੱਪਰ ਜਾਣ ਭਾਵ ਯਾਤਰਾ ਦੇ ਉੱਪਰ ਠੀਕ ਹੈ ਉਸ ਤੋਂ ਬਾਅਦ ਦੇਖੋ ਚੌਥੇ ਸ਼ੀਲਾ ਲੇਖ ਦੇ ਵਿੱਚ ਕੀ ਸੀਗਾ ਧਾਮ ਕੋਸ਼ ਦੀ ਜਿਹੜੀ ਧੰਮ ਕੋਸ਼ ਦੀ ਘੋਸ਼ਣਾ ਕੀਤੀ ਹੋਈ ਸੀਗੀ ਪੰਜਵੇਂ ਸ਼ੀਲਾ ਲੇਖ ਦੇ ਵਿੱਚ ਧਰਮ ਮਹਾ ਮਾਤਰਾਵਾਂ ਦੀ ਨਿਯੁਕਤੀ ਦੇ ਬਾਰੇ ਜਾਣਕਾਰੀ ਸੀ ਛੇਵੇਂ ਦੇ ਵਿੱਚ ਆਤਮ ਨਿਰਯੰਤਰਣ ਦੀ ਸਿੱਖਿਆ ਦਿੱਤੀ ਗਈ ਸੀ ਭਾਵ ਆਪਣੀ ਆਤਮ ਕੇਂਦਰਿਤ ਹੋਣਾ ਠੀਕ ਹੈ ਜੀ खुद ਤੇ ਡਿਪੈਂਡ ਹੋਣਾ 7ਵਾਂ ਤੇ 8ਵੇਂ ਅਵਿਲੇਖ ਦੇ ਵਿੱਚ ਕੀ ਸੀਗਾ ਅਸ਼ੋਕ ਦੀਆਂ ਤੀਰਥ ਯਾਤਰਾਵਾਂ ਦੇ ਬਾਰੇ ਵਰਣਨ ਕੀਤਾ ਹੋਇਆ ਸੀਗਾ ਤੇ ਜਿਹੜਾ 7ਵਾਂ ਸ਼ਿਲਾ ਲੇਖ ਹੈ ਇਸ ਦਾ ਇਹ ਸਭ ਤੋਂ ਵੱਡਾ ਮੰਨਿਆ ਜਾਂਦਾ ਠੀਕ ਹੈ ਜੀ ਅਸ਼ੋਕ ਦੀਆਂ ਯਾਤਰਾਵਾਂ ਦੇ ਬਾਰੇ ਵਰਣਨ ਸੀ 7ਵੇਂ ਤੇ 8ਵੇਂ ਦੇ ਵਿੱਚ 9ਵੇਂ ਦੇ ਵਿੱਚ ਕੀ ਸੀਗਾ ਸੱਚੀ ਭੇਟ ਅਤੇ ਸਿਸ਼ਟਾਚਾਰ ਦਾ ਉਲੇਖ ਦਿੱਤਾ ਹੋਇਆ ਸੀ ਸੱਚੀ ਭੇਟ ਭਾਵ ਗਿਫਟ ਅਤੇ ਸੱਚੇ ਸਿਸ਼ਟਾਚਾਰ ਦਾ ਉਲੇਖ ਦਿੱਤਾ ਹੋਇਆ ਸੀ ਉਸ ਦੇ ਵਿੱਚ 10ਵੇਂ ਦੇ ਵਿੱਚ ਕੀ ਸੀਗਾ ਇਸ ਦੇ ਵਿੱਚ ਅਸ਼ੋਕ ਨੇ ਆਦੇਸ਼ ਦਿੱਤਾ ਸੀ ਕਿ ਰਾਜਾਂ ਅਤੇ ਉੱਚ ਅਧਿਕਾਰੀ ਹਮੇਸ਼ਾ ਪ੍ਰਜਾ ਦੇ ਹਿੱਤ ਵਿੱਚ ਹੋਣਗੇ ਕਿ ਜਿਹੜੇ ਰਾਜਾ ਅਤੇ ਉੱਚ ਅਧਿਕਾਰੀ ਨੇ ਠੀਕ ਹੈ ਜੀ ਉਹ ਹਮੇਸ਼ਾ ਪ੍ਰਜਾ ਦੇ ਹਿੱਤ ਵਿੱਚ ਹੋਣਗੇ ਉਸ ਤੋਂ ਬਾਅਦ ਦੇਖੋ 11ਵਾਂ ਸ਼ਿਲਾ ਲੇਖ ਕੀ ਕੀ ਸੀਗਾ ਇਸ ਦੇ ਵਿੱਚ ਕੀ ਲਿਖਿਆ ਹੋਇਆ ਹੈ ਸੀ ਦੱਸਿਆ ਹੋਇਆ ਸੀਗਾ ਇਹ ਆਦੇਸ਼ ਸੀਗਾ ਇਸ ਦੇ ਵਿੱਚ ਧੰਮ ਦੀ ਵਿਆਖਿਆ ਕੀਤੀ ਹੋਈ ਸੀ ਉਸ ਤੋਂ ਬਾਅਦ ਦੇਖੋ ਵਾਰਮਾ ਇਸ ਦੇ ਵਿੱਚ ਸਤੀ ਮਹਾਮਾਤਰਾਵਾਂ ਦੀ ਨਿਯੁਕਤੀ ਅਤੇ ਸਾਰੇ ਵਿਚਾਰਾਂ ਦੇ ਸਨਮਾਨ ਦੀ ਗੱਲ ਕੀਤੀ ਹੋਈ ਸੀ ਕਿਸੇ ਵੀ ਕਿਸਮ ਦੇ ਵਿਚਾਰ ਸੀ ਜਿਹੜੇ ਸਾਰੇ ਵਿਚਾਰਾਂ ਨੂੰ ਕੀ ਦਿੱਤਾ ਗਿਆ ਸੀ ਸਨਮਾਨ ਕਿਹਾ ਦਿੱਤਾ ਗਿਆ ਸੀ 13ਵੇਂ ਸ਼ਿਲਾ ਲੇਖ ਦੇ ਵਿੱਚ ਇਸ ਦੇ ਵਿੱਚ ਜਿਹੜਾ ਅਸ਼ੋਕ ਨੇ ਕਲਿੰਗ ਦੇ ਉੱਪਰ ਜਿੱਤ ਪ੍ਰਾਪਤ ਕੀਤੀ ਸੀ 261 ਦੇ ਵਿੱਚ ਉਸ ਯੁੱਧ ਦਾ ਵਰਣਨ ਕੀਤਾ ਹੋਇਆ ਸੀਗਾ ਅਤੇ ਅਸ਼ੋਕ ਦੇ ਹਿਰਦੇ ਪਰਿਵਰਤਨ ਦੀ ਵਿਆਖਿਆ ਸੀ ਕਿਉਂਕਿ ਉਸ ਤੋਂ ਬਾਅਦ ਹੀ ਅਸ਼ੋਕ ਦਾ ਹਿਰਦਾ ਪਰਿਵਰਤਨ ਹੋਇਆ ਸੀ ਹੁਣ ਇਹ ਮੰਨ ਕੇ ਚੱਲੋ ਕਿ ਜਿਹੜਾ 13ਵਾਂ ਸ਼ਿਲਾਲੇਖ ਸੀਗਾ ਇਸ ਦੇ ਵਿੱਚ ਜਿਹੜਾ ਕਲਿੰਗ ਦਾ ਯੁੱਧ ਸੀ ਉਹ ਪੂਰੇ ਦਾ ਪੂਰਾ ਵਰਣਨ ਕੀਤਾ ਹੋਇਆ ਸੀ ਅਤੇ ਅਸ਼ੋਕ ਦਾ ਹਿਰਦਾ ਪਰਿਵਰਤਨ ਭਾਵ ਜੇ ਬੁੱਧ ਧਰਮ ਨੂੰ ਅਪਣਾਉਣ ਬਾਰੇ ਵੀ ਲਿਖਿਆ ਹੋਇਆ ਸੀਗਾ 14ਵਾਂ ਸ਼ਿਲਾਲੇਖ ਕਿਹੜਾ ਸੀ ਲਾਸਟ ਵਾਲਾ ਅਸ਼ੋਕ ਨੇ ਜਨਤਾ ਨੂੰ ਧਾਰਮਿਕ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਅਸ਼ੋਕ ਦੇ 7 ਸਤੰਭਲੇਖ ਹਨ ਜੋ ਸਿਰਫ ਬ੍ਰਹਮੀ ਲਿਪੀ ਦੇ ਵਿੱਚ ਲਿਖੇ ਮਿਲਦੇ ਨੇ ਠੀਕ ਹੈ ਇਹ 6 ਅਲੱਗ-ਅਲੱਗ ਥਾਵਾਂ ਤੋਂ ਪ੍ਰਾਪਤ ਹੁੰਦੇ ਨੇ ਹੁਣ ਯਾਦ ਰੱਖਣਾ 7 ਸਤੰਭ ਲੇਖ ਨੇ ਜਿਹੜੇ ਸਿਰਫ ਬ੍ਰਹਮੀ ਲਿਪੀ ਦੇ ਵਿੱਚ ਲਿਖੇ ਮਿਲਦੇ ਨੇ ਜਿਹੜੇ 6 ਅਲੱਗ-ਅਲੱਗ ਥਾਵਾਂ ਤੋਂ ਪ੍ਰਾਪਤ ਹੋਏ ਨੇ ਹੁਣ ਪਹਿ ਸਭ ਤੋਂ ਪਹਿਲਾਂ ਦੇਖੋ ਕਿਹੜਾ ਹੈ ਸਭ ਤੋਂ ਪਹਿਲਾਂ ਪ੍ਰਿਆਗ ਸਤੰਭ ਲੇਖ ਇਹ ਪਹਿਲਾ ਕੋਸ਼ਾਬੀ ਦੇ ਵਿੱਚ ਸੀ ਅਕਬਰ ਨੇ ਇਸ ਨੂੰ ਇਲਾਹਾਵਾਦ ਦੇ ਕਿਲੇ ਦੇ ਵਿੱਚ ਸਾਪਿਤ ਕਰਵਾਇਆ ਸੀ ਪ੍ਰਿਆਗ ਸਤੰਭ ਲੇਖ ਸੀ ਜਿਹੜਾ ਇਸ ਤੋਂ ਪਹਿਲਾਂ ਅਸ਼ੋਕ ਨੇ ਕਿੱਥੇ ਲਵਾਇਆ ਸੀਗਾ ਅਸ਼ੋਕ ਦੇ ਦੁਆਰਾ ਜਿਹੜੇ ਸਥਾਪਿਤ ਕੀਤਾ ਗਏ ਸੀ ਉਹ ਸੀ ਕੁਸ਼ਾਬੀ ਦੇ ਵਿੱਚ ਪਰ ਜਿਹੜਾ ਅਕਬਰ ਆਇਆ ਮੁਗਲਾਂ ਦੇ ਵਿੱਚੋਂ ਇਸ ਨੇ ਅਲਾਹਾਬਾਦ ਦੇ ਕਿਲੇ ਦੇ ਵਿੱਚ ਇਸ ਨੂੰ ਸਥਾਪਿਤ ਕਰਵਾਇਆ ਠੀਕ ਹੈ ਉਸ ਤੋਂ ਬਾਅਦ ਦੇਖੋ ਦਿੱਲੀ ਟੋਪਰਾ ਇਹ ਸਤੰਭਲੇਖ ਫਿਰੋਜ਼ ਸ਼ਾ ਤੁਗਲਕ ਦੁਆਰਾ ਟੋਪਰਾ ਤੋਂ ਦਿੱਲੀ ਲਿਆਂਦਾ ਗਿਆ ਮੈਂ ਤੁਹਾਨੂੰ ਪਿੱਛੇ ਵੀ ਦੱਸਿਆ ਸੀ ਨਾ ਇਹ ਜਿਹੜਾ ਸਤੰਭਲੇਖ ਸੀਗਾ ਫਿਰੋਜ਼ ਸ਼ਾ ਤੁਗਲਕ ਦੁਆਰਾ ਟੋਪਰਾ ਤੋਂ ਦਿੱਲੀ ਲਿਆਂਦਾ ਗਿਆ ਸੀ ਜਦੋਂ ਆਪਾਂ ਨੇ ਦਿੱਲੀ ਸਰਦਨ ਦੁਆਰੇ ਪੜ੍ਹੇ ਸੀ ਨਾ ਮੈਂ ਸਭ ਜਿਹੜੋਂ ਦੱਸੀ ਹੋਈਆਂ ਨੂੰ ਇਸ ਦੇ ਵਿੱਚ ਦਿੱਲੀ ਮੇਰਠ ਤੀਸਰਾ ਦੇਖੋ ਇਹ ਸਤੰਭ ਲੇਖ ਸੀ ਜਿਹੜਾ ਪਹਿਲਾਂ ਮੇਰਠ ਦੇ ਵਿੱਚ ਸੀ ਅਤੇ ਬਾਅਦ ਦੇ ਵਿੱਚੋਂ ਫਿਰੋਜ਼ ਸ਼ਾਹ ਦੇ ਦੁਆਰਾ ਦਿੱਲੀ ਲਿਆਂਦਾ ਗਿਆ ਤਕਰੀਬਨ ਦਿੱਲੀ ਆ ਗਈ ਸਾਰੀ ਠੀਕ ਹੈ ਜੀ ਰਾਮਪੁਰਵਾ ਇਹ ਸਤੰਭ ਲੇਖ ਚੰਪਾ ਰਣ ਬਿਹਾਰ ਦੇ ਵਿੱਚ ਹੈ ਇਸ ਦੀ ਖੋਜ 1872 ਦੇ ਵਿੱਚ ਕਾਰਲ ਯਲ ਨੇ ਕੀਤੀ ਠੀਕ ਹੈ ਲੋਰੀਆ ਅਰੇ ਰਾਜ ਇਹ ਸਿਰਫ ਚੰਪਾਰਨ ਬਿਹਾਰ ਦੇ ਵਿੱਚ ਜਿਹੜੀ ਆ ਲਾਈਨ ਹੈ ਨਾ ਸਿਰਫ ਚੰਪਾਰਨ ਬਿਹਾਰ ਦੇ ਵਿੱਚ ਸਥਿਤ ਹੈ ਠੀਕ ਹੈ ਇਹ ਗਲਤ ਹੈ ਇਹ ਮਿਸਟੇਕ ਨਾਲ ਲਿਖਿਆ ਗਿਆ ਉਸ ਤੋਂ ਬਾਅਦ ਦੇਖੋ ਹੁਣ ਇਹ ਆਊਗਾ ਕੀ 6ਮਾ ਕਿਹੜਾ ਹੈ ਲੋਰੀਆ ਨੰਦਨਗੜ ਚੰਪਾਰਨ ਅਤੇ ਬਿਹਾਰ ਦੇ ਵਿੱਚ ਸਥਿਤ ਹੈ ਇਸ ਇਹ ਜਿਹੜਾ ਇਹ ਸਤੰਭ ਲਿਖਿਆ ਹੈ ਇਸ ਦੇ ਉੱਪਰ ਮੋਰ ਦਾ ਚਿੱਤਰ ਬਣਿਆ ਹੋਇਆ ਹੈ ਠੀਕ ਹੈ ਜੀ ਲੋਰੀਆ ਨੰਦਨਗੜ ਚੰਪਾਨਨ ਬਿਹਾਰ ਦੇ ਵਿੱਚ ਸਤ ਹੈ ਜਿਹੜਾ ਸੰਭਗਾ ਅਤੇ ਇਸ ਦੇ ਉੱਪਰ ਮੋਰ ਦਾ ਚਿੱਤਰ ਹੈ ਹੁਣ ਮੋਰ ਦਾ ਚਿੱਤਰ ਕੀ ਸੀਗਾ ਮੌਰੀਆ ਜਿਹੜੇ ਹੋਏ ਨੇ ਸ਼ਾਸਕ ਉਹਨਾਂ ਦਾ ਨਿਸ਼ਾਨ ਸੀਗਾ ਇਹ ਠੀਕ ਹੈ ਜੀ ਜਿਹ ਪਚੰਦਰ ਗੁਪਤ ਮੌਰੀਏ ਨੇ ਬਣਾਇਆ ਸੀਗਾ ਕੁਸ਼ਾਬੀ ਅਵਿਲੇਖ ਨੂੰ ਕਹਿੰਦੇ ਰਾਣੀ ਦਾ ਬਿਲੇਖ ਵੀ ਕਿਹਾ ਜਾਂਦਾ ਹੈਗਾ ਜਿਹੜਾ ਕੁਸ਼ਾਬੀ ਅਵਿਲੇਖ ਹੈ ਇਸ ਨੂੰ ਰਾਣੀ ਅਵਿਲੇਖ ਵੀ ਕਿਹਾ ਜਾਂਦਾ ਹੈਗਾ ਜਿਹੜਾ ਅਕਬਰ ਨੇ ਕਿੱਥੇ ਲਿਆਂਦਾ ਸੀਗਾ ਇਲਾਹਾਬਾਦ ਦੇ ਵਿੱਚ ਹਣਾ ਸੱਤਵਾਂ ਵਿਲੇਖ ਜਿਹੜਾ ਸਭ ਤੋਂ ਜ਼ਿਆਦਾ ਲੰਬਾਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ ਕੀ ਸੀ ਉਹਦੇ ਵਿੱਚ ਅਸ਼ੋਕ ਦੀ ਯਾਤਰਾਵਾਂ ਦਾ ਵਰਣਨ ਸੀਗਾ ਸੱਤਵੇਂ ਤੇ ਅੱਠਵੇਂ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਅਸ਼ੋਕ ਦਾ ਸਭ ਤੋਂ ਕਹਿੰਦੇ ਛੋਟਾ ਵਿਲੇਖ ਸੀ ਜਿਹੜਾ ਰੁਮਨਦੇਈ ਦਾ ਹੈ ਸਭ ਤੋਂ ਛੋਟਾ ਜਿਹੜਾ ਵਿਲੇਖ ਹੈ ਉਹ ਰੁਮਨਦੇਈ ਦਾ ਹੈ ਇਸ ਦੇ ਵਿੱਚ ਕਹਿੰਦੇ ਲੁੰਬਣੀ ਦੇ ਵਿੱਚ ਧੰਮ ਯਾਤਰਾ ਦੇ ਦੌਰਾਨ ਅਸ਼ੋਕ ਦੁਆਰਾ ਪੂਰ ਰਾਜ ਦੀ ਦਰ ਘਟਾਉਣ ਦੀ ਘੋਸ਼ਣਾ ਕੀਤੀ ਗਈ ਸੀ ਠੀਕ ਹੈ ਜਦੋਂ ਇਹ ਯਾਤਰਾ ਦੇ ਉੱਪਰ ਗਿਆ ਸੀ ਲੁੰਬਣੀ ਦੇ ਵਿੱਚ ਤਾਂ ਅਸ਼ੋਕ ਨੇ ਪੂਰ ਰਾਜ ਦੀ ਜਿਹੜੀ ਦਰ ਸੀ ਉਹ ਘਟਾਈ ਸੀ ਤਾਂ ਜਿਹੜੀ ਇਹ ਘੋਸ਼ਣਾ ਕੀਤੀ ਸੀ ਇਹ ਕੀ ਕਿਦੇ ਵਿੱਚ ਲਿਖਿਆ ਹੋਇਆ ਸੀਗਾ ਅਸ਼ੋਕ ਦੇ ਸਾਰੇ ਸਭ ਤੋਂ ਛੋਟਾ ਵੀ ਲਿਖਿਆ ਰੂਮਨ ਦੇਈ ਦੇ ਵਿੱਚ ਠੀਕ ਹੈ ਜੀ ਉਸ ਤੋਂ ਬਾਅਦ ਦੇਖੋ ਅਸ਼ੋਕ ਦਾ ਸ਼ਾਰੇਕੂਨਾ ਵਿਲੇਖ ਗ੍ਰੀਕ ਅਰਮਾਇਕ ਭਾਸ਼ਾਵਾਂ ਵਿੱਚ ਹੈ ਸ਼ਾਰੇਕੂਨਾ ਅਭਿਲੇਖ ਹੈ ਜਿਹੜਾ ਗ੍ਰੀਕ ਅਤੇ ਅਰਮਾਇਕ ਭਾਸ਼ਾਵਾਂ ਦੇ ਵਿੱਚ ਲਿਖਿਆ ਮਿਲਦਾ ਹੈ ਹੁਣ ਇਸ ਤੋਂ ਬਾਅਦ ਦੇਖੋ ਮੌਰੀਆ ਸਾਮਰਾਜ ਪ੍ਰਸ਼ਾਸਨ ਵਿਵਸਥਾ ਕੌਟਲਿਆ ਦੇ ਅਰਥਸ਼ਾਸਤਰ ਅਤੇ ਮੈਗਸਥਨੀ ਦੀ ਇੰਡੀਕਾ ਤੋਂ ਪਤਾ ਚੱਲਦਾ ਹੈ ਕਿ ਮੌਰੀਆ ਸਾਮਰਾਜ ਦਾ ਜਿਹੜਾ ਰਾਜ ਪ੍ਰਬੰਧ ਬਹੁਤ ਹੀ ਵੱਡਾ ਅਤੇ ਚੰਗਾ ਸੀ ਠੀਕ ਹੈ ਜੀ ਹੁਣ ਜਿਹੜੀ ਕੌਟਲਿਆ ਨੇ ਅਰਥਸ਼ਾਸਤਰ ਲਿਖੀ ਹੈ ਤੇ ਇੰਡੀਕਾ ਬੁੱਕ ਤੋਂ ਆਪਾਂ ਨੂੰ ਜਿਹੜੇ ਮੌਰੀਆ ਸਾਮਰਾਜ ਦੀ ਵਿਵਸਥਾ ਬਾਰੇ ਪਤਾ ਲੱਗਦਾ ਠੀਕ ਹੈ ਹਰ ਇੱਕ ਵਿਵਸਥਾ ਬਾਰੇ ਚਾਹੇ ਉਹ ਰਾਜਨੀਤਿਕ ਸੀ ਜਾਂ ਆਰਥਿਕ ਸੀਗੀ ਜਾਂ ਕਿਸੇ ਵੀ ਤਰ੍ਹਾਂ ਸੀ ਮੰਤਰੀ ਨੂੰ ਕਹਿੰਦੇ ਅਮਾਤਿਆ ਕਿਹਾ ਜਾਂਦਾ ਸੀਗਾ ਜਿਹੜੇ ਉਸ ਟਾਈਮ ਦੇ ਵਿੱਚ ਮੰਤਰੀ ਹੁੰਦੇ ਸੀ ਉਹਨਾਂ ਨੂੰ ਅਮਾਤਿਆ ਕਿਹਾ ਜਾਂਦਾ ਸੀ ਕੁਟੱਲਿਆ ਦੇ ਦੁਆਰਾ ਕਹਿੰਦੇ ਸ਼ਾਸਕ ਨੂੰ ਸੁਝਾਅ ਦੇਣ ਲਈ ਦੋ ਸੁਭਾਵਾਂ ਹੁੰਦੀਆਂ ਸੀ ਹੁਣ ਦੇਖੋ ਜਿਹੜਾ ਕੁਟੱਲਿਆ ਸੀਗਾ ਉਸ ਦੇ ਦੁਆਰਾ ਸ਼ਾਸਕ ਨੂੰ ਸੁਝਾਅ ਦੇਣ ਲਈ ਦੋ ਸੁਭਾਵਾਂ ਹੁੰਦੀਆਂ ਸੀ ਸਭ ਤੋਂ ਪਹਿਲੀ ਕਿਹੜੀ ਹੁੰਦੀ ਸੀ ਮੰਤਰੀ ਸਭਾ ਮੰਤਰੀ ਸਭਾ ਇੱਥੇ ਮੰਤਰੀ ਸਭਾ ਪਹਿਲੀ ਸੀ ਇਸ ਦੇ ਵਿੱਚ ਕਹਿੰਦੇ 3 ਤੋਂ ਲੈ ਕੇ 12 ਤੱਕ ਵਿਅਕਤੀ ਹੋ ਸਕਦੇ ਸੀ ਉਸ ਤੋਂ ਬਾਅਦ ਦੇਖੋ ਮੰਤਰੀ ਪਰਿਸ਼ਦ ਇਸ ਦੇ ਵਿੱਚ 12 ਤੋਂ ਲੈ ਕੇ 16 ਜਾਂ 20 ਤੱਕ ਵੀ ਵਿਅਕਤੀ ਹੋ ਸਕਦੇ ਸੀ 12 ਤੋਂ ਲੈ ਕੇ 16 ਤੱਕ ਜਾਂ ਇਸ ਤੋਂ ਵੱਧ 20 ਵੀ ਹੋ ਸਕਦੇ ਸੀ ਮੰਤਰੀਆਂ ਦੇ ਸੁਨਾਮ ਦੇ ਲਈ ਕਹਿੰਦੇ ਉਹਨਾਂ ਦੇ ਚਰਿੱਤਰ ਦੀ ਜਾਂਚ ਕੀਤੀ ਜਾਂਦੀ ਸੀ ਜਿਸ ਨੂੰ ਉਪਮਾ ਪ੍ਰੀਖਿਆ ਕਿਹਾ ਜਾਂਦਾ ਸੀ ਜਾਂ ਉਪਮਾ ਵਿਧੀ ਕਿਹਾ ਜਾਂਦਾ ਸੀ ਜਦੋਂ ਮੰਤਰੀਆਂ ਚੋਣਾਂ ਹੁੰਦਾ ਸੀ ਨਾ ਤਾਂ ਉਹਨਾਂ ਦੀ ਜਿਹੜੀ ਕਾਫੀ ਡੂੰਗੀ ਜਾਂਚ ਪੜਤਾਲ ਕੀਤੀ ਜਾਂਦੀ ਸੀ ਚਰਿੱਤਰ ਬਾਰੇ ਤਾਂ ਜਿਹੜੀ ਇਹ ਵਿਧੀ ਅਪਣਾਈ ਜਾਂਦੀ ਸੀ ਇਸ ਨੂੰ ਕੀ ਕਿਹਾ ਜਾਂਦਾ ਸੀਗਾ ਉਪਮਾ ਪ੍ਰੀਖਿਆ ਉਸ ਤੋਂ ਬਾਅਦ ਦੇਖੋ ਵੱਖ-ਵੱਖ ਵਿਭਾਗਾਂ ਦੇ ਵਿਅਕਤੀਆਂ ਨੂੰ ਅਧਿਐਕਸ਼ ਕਿਹਾ ਜਾਂਦਾ ਸੀਗਾ ਹੁਣ ਜਿਹੜੇ ਵਿਭਾਗ ਹੁੰਦੇ ਸੀ ਉਸ ਟਾਈਮ ਦੇ ਵਿੱਚ ਕੋਈ ਵਿੱਤ ਸੀਗਾ ਕੋਈ ਕਰ ਵਾਲਾ ਸੀਗਾ ਹਨਾ ਉਹ ਚੀਜ਼ਾਂ ਤਾਂ ਉਹ ਸਾਰੇ ਵਿਅਕਤੀਆਂ ਨੂੰ ਕੀ ਨਾਮ ਦਿੱਤਾ ਜਾਂਦਾ ਸੀ ਅਧਿਐਕਸ਼ ਕਿਹਾ ਜਾਂਦਾ ਸੀਗਾ ਅਰਥਸ਼ਾਸਤਰ ਦੇ ਵਿੱਚ ਕਹਿੰਦੇ 26 ਅਧਿਐਕਸ਼ਾਂ ਦੀ ਚਰਚਾ ਮਿਲਦੀ ਹੈ ਅਰਥਸ਼ਾਸਤਰ ਕਿਹਦੀ ਲਿਖੀ ਹੋਈ ਬੁੱਕ ਹੈ ਤੁਹਾਨੂੰ ਪਤਾ ਹੈ ਸਭ ਨੂੰ ਹੁਣ ਅਰਥਸ਼ਾਸਤਰ ਦੇ ਵਿੱਚ ਕਹਿੰਦੇ 26 ਅਧਿਐਕਸ਼ਾਂ ਦੀ ਚਰਚਾ ਮਿਲਦੀ ਹੈ ਠੀਕ ਹੈ ਉਸ ਤੋਂ ਬਾਅਦ ਦੇਖੋ ਅਧਿਐਕਸ਼ਾਂ ਦੇ ਅਧੀਨ ਹੁਣ ਜਿਹੜੇ ਅਧਿਐਕਸ਼ ਨੇ ਉਹਨਾਂ ਦੇ ਅਧੀਨ ਵੀ ਕੋਈ ਬੰਦੇ ਆਉਣਗੇ ਦੇਖੋ ਕਿਹੜੇ-ਕਿਹੜੇ ਨੇ ਉਹ ਅਧਿਐਕਸ਼ਾਂ ਦੇ ਜਿਹੜੇ ਅਧੀਨ ਹੁੰਦੇ ਸੀ ਉਹ ਯੁਕਤ ਅਤੇ ਉਪਯੁਕਤ ਨਾਮਕ ਕਰਮਚਾਰੀ ਹੁੰਦੇ ਸੀ ਯੁਕਤ ਅਤੇ ਉਪਯੁਕਤ ਨਾਮਕ ਕਰਮਚਾਰੀ ਹੁੰਦੇ ਸੀ ਅਸ਼ੋਕ ਦੇ ਸਮੇਂ ਕਹਿੰਦੇ ਮੌਰੀਆ ਪ੍ਰਾਂਤਾਂ ਦੀ ਸੰਖਿਆ 5 ਸੀਗੀ ਅਸ਼ੋਕ ਦੇ ਸਮੇਂ ਜਿਹੜੇ ਮੌਰੀਆ ਦੇ ਦੁਆਰਾ ਜਿਹੜੇ ਪ੍ਰਾਂਤ ਸੀਗੇ ਉਹ 5 ਸੀ ਗਿਣਤੀ ਦੇ ਵਿੱਚ ਪ੍ਰਾਂਤਾਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹ ਕੁਮਾਰ ਮਾਤਿਆ ਅਤੇ ਆਰੀਆ ਪੁੱਤਰ ਕਹੇ ਲਾਉਂਦੇ ਸੀ ਠੀਕ ਹੈ ਜੀ ਪ੍ਰਾਂਤਾਂ ਦਾ ਜਿਹੜਾ ਪ੍ਰਸ਼ਾਸਨ ਸੀਗਾ ਉਹ ਕੁਮਾਰ ਮਾਤਿਆ ਤੇ ਆਰੀਆ ਪੁੱਤਰ ਕਹੇ ਲਾਉਂਦੇ ਸੀ ਉਪਚ ਦਾ 1/6 ਭਾਗ ਕਰਦੇ ਰੂਪ ਦੇ ਵਿੱਚ ਲਿਆ ਜਾਂਦਾ ਸੀਗਾ ਨਗਰ ਦਾ ਜਿਹੜਾ ਅਨੁਸ਼ਾਸਨ ਸਹੀ ਰੱਖਣ ਲਈ ਪੁਲਿਸ ਦੀ ਵਿਵਸਥਾ ਵੀ ਸੀ ਉਸ ਟਾਈਮ ਦੇ ਵਿੱਚ ਹੁਣ ਇਹ ਨਾ ਸੋਚਣੋ ਕਿ ਜਿਹੜੀ ਅੱਜ ਕੱਲ੍ਹ ਵਾਲੀ ਪੁਲਿਸ ਉਹੀ ਵਰਦੀਆਂ ਲੱਗੀ ਹੋਈਆਂ ਸੀਗੀਆਂ ਉਸ ਟਾਈਮ ਦੇ ਵਿੱਚ ਕੋਈ ਹੋਰ ਵਿਵਸਥਾ ਹੋਊਗੀ ਪਰ ਇਹ ਲਿਖਿਆ ਮਿਲਦਾ ਇਤਿਹਾਸ ਦੇ ਵਿੱਚ ਕਿ ਮੌਰੀਆ ਕਾਲ ਦੇ ਵਿੱਚ ਨਗਰ ਅਨੁਸ਼ਾਸਨ ਅਤੇ ਜਿਹੜਾ ਕੋਈ ਜ਼ਿਆਦਾ ਜਿਹੜੇ ਡੰਡ ਦਿੱਤੇ ਜਾਂਦੇ ਸੀ ਉਹਨਾਂ ਨੂੰ ਸੁਧਾਰਨ ਵਾਸਤੇ ਜਾਂ ਇਹ ਮੰਨ ਲਓ ਕਿ ਇਹ ਨਗਰ ਨੂੰ ਸਹੀ ਢੰਗ ਨਾਲ ਚਲਾਉਣ ਵਾਸਤੇ ਪੁਲਿਸ ਦੀ ਜਿਹੜੀ ਵਿਵਸਥਾ ਸੀ ਉਹ ਕੀਤੀ ਗਈ ਸੀਗੀ ਮੌਰੀਆ ਰਾਜ ਦੇ ਕਹਿੰਦੇ 400 ਫੇਰੇ ਲੱਕੜ ਦੀ ਦੀਵਾਰ ਸੀਗੀ ਜਿਸ ਦੇ ਵਿੱਚ 14 ਦਵਾਰ ਅਤੇ 570 ਬੁਰਜ ਸੀ ਹੁਣ ਜਿਹੜਾ ਮੌਰੀਆ ਦਾ ਰਾਹ ਸੀਗਾ ਉਸ ਨੂੰ ਵਾਲੇ ਦਿਵਾਲੇ ਕਵਰ ਕੀਤਾ ਹੋਇਆ ਸੀ ਕਿਸ ਚੀਜ਼ ਦੇ ਨਾਲ ਲੱਕੜ ਦੀ ਲੰਬੀ ਦੀਵਾਰ ਦੇ ਨਾਲ ਉੱਚੀ ਦੀਵਾਰ ਦੇ ਨਾਲ ਜਿਵੇਂ ਆਪਾਂ ਹਣ ਆਪਾਂ ਸਵੇਦਾ ਦੇ ਵਿੱਚ ਅੱਗੇ ਪੜਾਂਗੇ ਇਸ ਦੇ ਵਿੱਚ ਕਹਿੰਦੇ 64 ਤਾਂ ਦਵਾਰ ਸੀਗੇ ਦਰਵਾਜ਼ੇ ਅਤੇ 570 ਬੁਰਜ ਬਣਾਏ ਹੋਏ ਸੀ ਠੀਕ ਹੈ ਜੀ ਚੰਦਰਗੁਪਤ ਮੌਰੀਆ ਨੇ ਕਹਿੰਦੇ ਗੁਜਰਾਤ ਦੇ ਵਿੱਚ ਸੁਦਰਸ਼ਨ ਝੀਲ ਦੀ ਨਿਰਮਾਣ ਕਰਵਾਇਆ ਹੁਣ ਦੇਖੋ ਥੋੜੀ ਇੱਕ ਫੈਕਟ ਹੋਰ ਪੜ ਲੈਣੇ ਇਹਦੇ ਬਾਰੇ ਚੰਦਰਗੁਪਤ ਮੌਰੀਏ ਸੀ ਜਿਹੜਾ ਉਸਨੇ ਗੁਜਰਾਤ ਦੇ ਵਿੱਚ ਸੁਦਰਸ਼ਨ ਝੀਲ ਦਾ ਨਿਰਮਾਣ ਕਰਵਾਇਆ ਸੀਗਾ ਕਿਸ ਲਈ ਕਰਵਾਇਆ ਸੀ ਜਿਸ ਦੇ ਨਾਲ ਕਹਿੰਦੇ ਸਿਚਾਈ ਦਾ ਪਾਣੀ ਪੀਣ ਸਿਚਾਈ ਦਾ ਪਾਣੀ ਪਾਵ ਸਿਚਾਈ ਵਾਸਤੇ ਪਾਣੀ ਅਤੇ ਜਿਹੜਾ ਪੀਣ ਵਾਲਾ ਪਾਣੀ ਹੈ ਉਸ ਦਾ ਸਹੀ ਪ੍ਰਬੰਧ ਹੋ ਸਕੇ ਇਸ ਤੋਂ ਇਲਾਵਾ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੇ ਅਸ਼ੋਕ ਨੇ ਕਈ ਗੁਫਾਵਾਂ ਵੀ ਬਣਾਈਆਂ ਸੀ ਬਹੁਤ ਸਾਰੇ ਜਿਹੜੇ ਕੰਮ ਸੀ ਇਹਨਾਂ ਦੁਆਰਾ ਕੀਤੇ ਗਏ ਸੀ ਠੀਕ ਹੈ ਸੋ ਇਸ ਦੇ ਨਾਲ ਜਿਹੜਾ ਆਪਣਾ ਮੌਰੀਆ ਪ੍ਰਸ਼ਾਸਨ ਵਾਲਾ ਜਿਹੜਾ ਚੈਪਟਰ ਸੀਗਾ ਜਾਂ ਮੌਰੀਆ ਕਾਲ ਵਾਲਾ ਜਿਹੜਾ ਫਿਰ ਚੈਪਟਰ ਸੀਗਾ ਉਹ ਲਗਾਤਾਰ ਆਪ ਤਿੰਨ ਦਿਨਾਂ ਤੋਂ ਕਰ ਰਹੇ ਸੀਗੇ ਜਿਹੜਾ ਅੱਜ ਆਪਣਾ ਉਹ ਪੂਰਪਰ ਤਨ ਨਾਲ ਕਵਰ ਹੋ ਚੁੱਕਿਆ ਠੀਕ ਹੈ ਜੀ ਹੁਣ ਕੱਲ ਨੂੰ ਜਿਹੜੀ ਆਪਣੀ ਇੱਕ ਨਵੀਂ ਕਲਾਸ ਹੋਵੇਗੀ ਜਿਸ ਦੇ ਵਿੱਚ ਆਪਾਂ ਇੱਕ ਨਵਾਂ ਵੰਸ਼ ਸਟਾਰਟ ਕਰਾਂਗੇ ਹੁਣ ਆਪਾਂ ਇਹੀ ਸੋਚਨੇ ਕਿ ਜਿਹੜਾ ਕੱਲ ਨੂੰ ਸ਼ੁੰਘ ਵੰਸ਼ ਨੂੰ ਸਟਾਰਟ ਕਰ ਲਈਏ ਕਿਉਂਕਿ ਇਸ ਦੇ ਨਾਲ ਜਿਹੜਾ ਸਹੀ ਸੀ ਆਪਣਾ ਚੱਲੂਗਾ ਵੈਸੇ ਸਿਲੇਬਸ ਦੇਖ ਕੇ ਪਤਾ ਲੱਗੂਗਾ ਕਿ ਜਿਹੜਾ ਤੁਹਾਡਾ ਅਗਲਾ ਚੈਪਟਰ ਉਹ ਕਿਹੜਾ ਚੱਲਦਾ ਹੈਗਾ ਸੋ ਥੈਂਕ ਯੂ ਜਿਹੜੀ ਆਪਣੀ ਵੀਡੀਓ ਸੀ ਉਹ ਅੱਜ ਇੱਥੋਂ ਇੱਥੋਂ ਤੱਕ ਹੀ ਸੀਗੀ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਕਿਤੇ ਵੀ ਤੁਹਾਨੂੰ ਕੋਈ ਕਮੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਸੋ ਥੈਂਕ ਯੂ